सारी फिल्म च विलन हीरो नूं दड़ा दड़ा के मार दिंदा ते जे एंड ते चार्ज पेड़ा विलन नूं वज भी जाणगे ते की फर्क पैंदा। जब विच सदा पत्ती बोल रहिंदा ए लीडरां दे नाल हैगी यारी जट दी ओ एवें तां नहीं लोकी गुरदासपुरी आखदे पूरे पंजियां पिंडां च सरदारी है जट दी। पर जी जी नहीं गल दे मैं अपना ही कागज ओए मेरियां ते कोई अखां च अखां नहीं पा सकदा ते तू दस डांगा दी गल करदा ओए सणे धरती च ना गड़ देंगा ओनू। संजय जी मैं तुहानू इक सवाल करना पुछना चाहना जी जी तुसी संजय दत्त बन के या मतलब कि तुहाडा नाम भी संजू होना इहदा पिछे की कारण है? मैं संजय दत्त भाजी नूं बहुत ही ज़्यादा प्यार करना ते मेरा फिल्म इंडस्ट्री च जाना आना ਇਹ ਮਕਸਦ ਆ ਲੱਗਾ ਰਹਿੰਦਾ ਲੱਗਾ ਰਹਿੰਦਾ। ਅੱਛਾ ਕਿਉਂ ਲੱਗਾ ਕਿਉਂ ਮੈਂ ਫਿਲਮ ਇੰਡਸਟਰੀ 'ਚ ਆਇਆ ਇਹ ਪੁੱਛੋ ਹੁਣ ਤੁਸੀਂ ਕਿਉਂ ਆਏ? ਮੈਂ ਸੰਜੇ ਦੱਤ ਦਾ ਬਹੁਤ ਤਕੜਾ ਫੈਨ ਹਾਂ, ਮੈਂ ਸੰਜੂ ਬਾਬਾ ਨੂੰ ਮਿਲਣਾ ਚਾਹੁੰਦਾ ਵਾਂ ਅਤੇ ਉੱਦਾਂ ਮੇਰੇ ਕੋਲ ਮਿਲਿਆ ਨਹੀਂ ਉਹਨੂੰ ਜਾਣਾ। ਮੈਂ ਜ਼ਿੰਦਗੀ 'ਚ ਸੋਚਿਆ ਕਿ ਹੋ ਸਕਦਾ ਕਿ ਮੈਂ ਵਿਲਨ ਬਣਾ ਅਤੇ ਵਿਲਨ ਬਣ ਕੇ ਹੀ ਸ਼ਾਇਦ ਮੈਨੂੰ ਬੰਬੇ ਵਾਲੇ ਸੰਜੇ ਦੱਤ ਨਾਲ ਮਿਲਾ ਦੇਣ ਅਤੇ ਮੇਰੇ ਦਿਲ ਦੀ ਜਿਹੜੀ ਖੁਆਇਸ਼ ਆ ਉਹ ਜ਼ਰੂਰ ਪੂਰੀ ਹੋ ਜਾਵੇ। ਅਤੇ ਮੇਰਾ ਇਹ ਮਕਸਦ ਆ ਮੈਂ ਇੱਕ ਵਾਰੀ ਸੰਜੇ ਦੱਤ ਨੂੰ ਬੰਬੇ ਜਾ ਕੇ ਜ਼ਰੂਰ ਮਿਲਾਂਗਾ ਅਤੇ ਜ਼ਰੂਰ ਮਿਲਾਂਗਾ ਅਤੇ ਸਾਡਾ ਨਾਮ ਵੀ ਲੈ ਲਿਓ ਅਤੇ ਨੀਟੂ ਸ਼ਟਰ ਵਾਲੇ ਨੂੰ ਮੈਂ ਨਾਲ ਲੈ ਕੇ ਜਾਊਂਗਾ ਅਤੇ ਇਹਨੂੰ ਮੈਂ ਸਲਮਾਨ ਖਾਨ ਦੇ ਹਵਾਲੇ ਜ਼ਰੂਰ ਕਰ ਦੇਣਾ ਵਾ। ਸੋ ਸੰਜੇ ਦੇ ਵਿੱਚ ਤੁਸੀਂ ਗੱਲ ਕੀਤੀ ਹੈ ਅਤੇ 2 ਕਰੋੜ ਬੰਦਾ ਤੁਹਾਨੂੰ ਸੁਣ ਰਿਹਾ ਜੀ, ਠੀਕ ਹੈ ਗਾਣਾ ਬਣਾਓ ਜੀ ਫਿਰ ਇੱਕ। ਹਾਂਜੀ ਕਿਸ ਨਾਮ 'ਤੇ ਜੀ? ਸੁਖਵਿੰਦਰ ਉਦੇ ਕਰਨ। ਸੁਖਵਿੰਦਰ ਉਦੇ ਕਰਨ? ਸੁਖਵਿੰਦਰ ਅਤੇ ਉਦੇ ਕਰਨ? ਹਾਂਜੀ ਸੁਖਵਿੰਦਰ ਤੇ ਅਜੇ ਸੁਖਵਿੰਦਰ ਤੇ ਕਰਨ ਦੀ ਯਾਰੀ ਦੇਖ ਲੈ, ਲੱਗੀ ਖਲੀ ਨਾਲ ਯਾਰੀ ਦੇਖ ਲੈ, ਹਰ ਜਗ੍ਹਾ ਤੇ ਤੱਕ ਪਾਉਂਦੇ ਆ, ਪੰਜਾਬ ਵਿੱਚ ਯਾਰ ਬਹਿਜਾ ਬਹਿਜਾ ਕਰਾਉਂਦੇ, ਅੱਜ ਜਾ ਕੇ ਮੋਢੇ ਨਾਲ ਮੋਢਾ ਕਿਸਾਨਾਂ ਨਾਲ ਲਾਉਂਦੇ ਆ, ਹਰ ਜਗ੍ਹਾ ਤੇ ਜਾਂਦੇ ਯਾਰ ਬਹਿਜਾ ਬਹਿਜਾ ਕਰਾਉਂਦੇ, ਯਾਰ ਪੰਜਾਬੀ ਯਾਰ ਪੰਜਾਬੀ, ਗੱਡੀ ਕਾਰ ਆਪ ਚਲਾਉਂਦੇ ਆ, ਬਰੇਕਾਂ ਹਾਈਲੈਂਡ ਸਾਰਾ ਕੁਝ ਗੇਅਰ ਗੱਡੀ ਦਾ ਆਪ ਪਾਉਂਦੇ, ਯਾਰ ਪੰਜਾਬੀ। ਸੋ ਯਾਰ ਪੰਜਾਬੀ ਕਿਆ ਬਾਤ ਆ ਨੀਲੂ ਭਾਜੀ ਦੀ, ਕਿਆ ਬਾਤ। ਇਹ ਸ਼ੋਅ ਕਿੱਥੇ ਚੱਲੂਗਾ ਜੀ? ਸਰ ਸਾਡਾ ਸ਼ੋਅ ਚੱਲ ਰਿਹਾ ਜਲੰਧਰ, ਚੱਲ ਰਿਹਾ ਜੀ ਨੀਟੂ ਸ਼ਟਰਾਂ ਵਾਲਾ ਸ਼ੋਅ ਅਫੀਸ਼ੀਅਲ ਯੂਟਿਊਬ ਦੇ ਉੱਤੇ ਚੱਲ ਰਿਹਾ। ਹਾਂਜੀ ਸੰਜੇ ਦੱਤ ਜੀ ਕੋਈ ਡਾਇਲੌਗ ਸੁਣਾਓ, ਪੁਰਾਣਾ ਕੱਸਿਆ ਪੁੱਟਿਆ। ਓਏ ਕੁਝ ਨਹੀਂ ਥਾਣੇਦਾਰਾ, ਬੜੇ ਚਿਰਾਂ ਬਾਅਦ ਜਾਨੀ ਯਾਰ ਮਿਲੇ ਨੇ, ਮੈਂ ਕਿਹਾ 2-4 ਪਿਆਰ ਦੀਆਂ ਗੱਲਾਂ ਹੀ ਕਰ ਲਈਏ ਕਿਉਂਕਿ ਮੁੜ ਕੇ ਇਹਨਾਂ ਨੇ ਬੜੀ ਦੂਰ ਚਲੇ ਜਾਣਾ ਹੈ। ਕਿਤੇ ਉੱਪਰ ਤੇ ਨਹੀਂ ਜਾਣਾ? ਉੱਪਰ ਦੀ ਤਿਆਰੀ ਆ ਤੇਰੀ? ਨਹੀਂ ਨਹੀਂ ਅਸੀਂ ਉੱਪਰ ਨਹੀਂ ਜਾਣਾ, ਅਸੀਂ ਥੱਲੇ ਰਹਿਣਾ। ਤੇ ਨਾਲੇ ਜੇ ਥਾਣੇਦਾਰ ਨਾਲ ਤੁਸੀਂ ਇਦਾਂ ਦੀ ਗੱਲਾਂ ਕਰੋਗੇ ਤੇ ਥਾਣੇਦਾਰ ਨੇ ਛੇਤੀ ਤੁਹਾਨੂੰ ਲੰਮਾ ਪਾਉਣਾ, ਇਹ ਗੱਲ ਨੋਟ ਕਰਕੇ ਰੱਖਿਓ। ਇਹ ਫਿਲਮ ਦਾ ਡਾਇਲੋਗ ਆ। ਅੱਛਾ ਫਿਲਮ ਦਾ? ਸੋ ਮਾਫ ਕਰਿਓ ਥਾਣੇਦਾਰ ਸਾਹਿਬ, ਅਸੀਂ ਤੁਹਾਨੂੰ ਨਹੀਂ ਕੁਛ ਕਿਹਾ ਤੇ ਨਾ ਇਹਨਾਂ ਨੇ ਕੁਛ ਕਿਹਾ ਤੇ ਨਾ ਮੈਂ ਕਿਹਾ। ਦਰਅਸਲ ਫਿਲਮ ਦਾ ਡਾਇਲੌਗ ਸੀਗਾ ਉਹ ਸਾਡੇ ਯੂਟਿਊਬ ਚੈਨਲ ਦੇ ਵਿੱਚ ਆਇਆ, ਪਲੀਜ਼ ਤੁਸੀਂ ਇਹਨੂੰ ਸੀਰੀਅਸ ਨਾ ਲਈਓ, ਇਹਨੂੰ ਮਜ਼ਾਕ ਦੇ ਤੌਰ 'ਤੇ ਕੱਸਿਆ ਪਿੱਟਿਆ। ਕੱਸਿਆ ਪਿੱਟਿਆ? ਹਾਂ। ਓਏ ਸ਼ਰੀਫ ਬੰਦੇ ਨੂੰ ਦੁਨੀਆ ਜੀਣ ਨਹੀਂ ਦਿੰਦੀ, ਲੱਗਦਾ ਕਿ ਸ਼ਰਾਫਤ ਛੱਡਣੀ ਪਊ, ਹੁਣ ਤੂੰ ਵੀ ਹੱਦਾਂ ਟੱਪ ਰਿਹਾ ਹੈ ਨੀਟੂ, ਲੱਗਦਾ ਕਿ ਤੇਰਾ ਵੀ ਕੰਡਾ ਕੱਢਣਾ ਪਊ। ਇਹ ਤੁਹਾਨੂੰ ਅੱਜ ਪਤਾ ਲੱਗਾ ਸ਼ਰੀਫ ਬੰਦੇ ਨੂੰ ਜੀਣ ਦਾ ਹੱਕ ਨਹੀਂ ਹੈਗਾ? ਹਾਂ ਮੈਨੂੰ ਤੇ ਬੜੇ ਦਿਨਾਂ ਦਾ ਪਤਾ ਲੱਗਾ। ਤੈਨੂੰ ਪਹਿਲਾਂ ਦਾ ਪਤਾ, ਸਾਨੂੰ ਹੁਣ ਪਤਾ ਲੱਗਾ। ਫਿਰ ਤੁਸੀਂ ਹੁਣ ਸੁੱਤੇ ਪੈਦੇ ਨੇ ਉੱਠੇ ਕਿਤੇ? ਹੁਣੇ ਉੱਠੇ ਆ। ਫਿਰ ਮੂੰਹ ਧੋਤਾ ਕਿ ਨਹੀਂ ਵੈਸੇ? ਉਦਾਂ ਤਾਂ ਨਹਾ ਕੇ ਆਇਆ ਭਾਜੀ। ਮੈਨੂੰ ਲੱਗਦਾ ਨਹੀਂ, ਅਸੀਂ ਗੁਰਦਾਸਪੁਰੋਂ ਤੁਰੀ ਦਾ ਹੀ ਤਾਂ ਆਇਆ, ਪਹਿਲਾਂ ਨਹਾ ਧੋ ਕੇ ਫਰੈਸ਼ ਹੋ ਗਏ। ਮੈਂ ਸੋਚਿਆ ਕਿ ਗੁਰਦਾਸਪੁਰੋਂ ਸੁੱਤੇ ਪੇ ਉੱਠ ਕੇ ਆ ਕੇ ਦਾਹ ਵਿੱਚ ਨਹਿਰ ਆਉਂਦੀ ਹੈ, ਨਹਿਰ 'ਚ ਨਹਾ ਕੇ ਫਿਰ ਅਸੀਂ ਜਲੰਧਰ ਪਹੁੰਚੇ। ਖੈਰ ਕੋਈ ਗੱਲ ਨਹੀਂ ਸਰ, ਤੁਸੀਂ ਬਨੈਣ ਬੜੀ ਸੋਹਣੀ ਪਾਈ, ਪੀਲੀ ਬਨੈਣ? ਵੇਖੋ ਜੀ ਤੁਹਾਡਾ ਲੋਗੋ ਵੀ ਪੀਲਾ ਸੀ, ਹਾਂਜੀ ਤੇ ਮੈਂ ਦੇਖਿਆ ਤੇ ਮੈਂ ਬਨੈਣ ਵੀ ਪੀਲੀ ਪਾ ਗਿਆ, ਮੈਂ ਪਾਸੇ ਪਾ ਸ਼ਰਟ ਵੀ ਚਿੱਟੀ ਪਾਈ ਹੈ। ਹਾਂ ਤੇ ਉਹਦੇ ਵਿੱਚ ਤੇ ਸ਼ਰਟ ਵੀ ਆਪਾਂ ਨਾਲ ਲਿਆਂਦੀ ਆ, ਉਹ ਤੁਸੀਂ ਕਿਉਂ ਨਹੀਂ ਪਾਈ? ਉਹ ਦੁਬਾਰਾ ਪਾ ਲਾਂਗੇ। ਚਲੋ ਫਿਰ ਉਹ ਤੁਹਾਨੂੰ। ਅੱਛਾ ਚੈਨੀ ਦਾ ਕੀ ਰਾਜ ਹੈ? ਐਡੀ ਮੋਟੀ ਚੈਨੀ ਜਿਹੜੀ ਪਾਈ ਆ, ਬਾਈ ਦਿਨ ਤੁਹਾਡੇ ਕੋਲ ਖੋ ਕੇ ਲੈ ਜੇ, ਅੱਜ ਉਹਦੀ ਤੇ ਦਿਹਾੜੀ ਪੈ ਗਈ ਬੰਦੇ ਦੀ। ਤੇ ਵੇਖੋ ਜੀ ਜਿਹੜਾ ਖੋ ਕੇ ਲੈ ਜੂ ਉਹਦੀ ਕਿਸਮਤ ਆ। ਇਹ ਕਿਸਮਤ ਦੇ ਸੌਦੇ ਚੱਲ ਰਹੇ ਸੱਜਣਾ, ਇਹ ਗੱਲ ਪਤੇ ਦੀ ਨਹੀਂ ਕਰਦਾ ਯਾਰ, ਇਹਨੂੰ ਸੰਜੇ ਦੱਤ ਕਿਹਨੇ ਬਣਾ ਦਿੱਤਾ, ਇਹ ਗਰੀਬਾਂ ਦੀ ਗੱਲ ਕੀ ਕਰਦਾ? ਸੋ ਗੱਲ ਚੱਲ ਰਹੀ ਹੈ, ਇਹ ਗਰੀਬਾਂ ਦਾ ਸੰਜੇ ਦੱਤ ਆ, ਅਸੀਂ ਇਹਨੂੰ ਲਿਆਉਣਾ ਪਹਿਲੇ ਨੰਬਰ 'ਤੇ ਆ, ਸਾਡਾ ਇਹੀ ਮੇਨ ਟੌਪਿਕ ਹੈ। ਦੇਖ ਲੈ ਯਾਰ ਖੜਾ ਗਰੀਬਾਂ ਦਾ ਸੰਜੇ ਦੱਤ ਹੈ, ਇੱਕ ਗਰੀਬਾਂ ਦਾ ਸੰਜੇ ਦੱਤ ਹੈ, ਇੱਕ ਆਪਾਂ ਕਿਹੜੀ ਕਿਹੜੀ ਫਿਲਮ ਕੀਤੀ ਸੋ ਤੁਹਾਨੂੰ ਦੱਸਿਆ ਜਾਵੇ ਜੀ। ਵੇਖ ਨੀਟੂ ਭਾਅ ਜੀ, ਪਹਿਲੀ ਫਿਲਮ ਮੈਂ ਕੀਤੀ ਸੀਗੀ ਭਾਬੀ ਦਾ ਭੜਥੂ। ਸਰ ਇੱਕ ਮਿੰਟ ਆਪਾਂ ਕਾਲ ਅਟੈਂਡ ਕਰੀਏ, ਛੋਟੀ ਜਿਹੀ ਕਾਲ ਆਈ। ਹੈਲੋ
हाँ जी सत श्री अकाल जी, मैं थोड़ा वी नीटू शटर वाला, अज मेरे मेरा शो चल रहा नीटू शटर वाला शो, और तुम कॉल की है तुहाडा बहुत स्वागत, तुहाडी कॉल आई है तो तुम कोई भी गल कर सकते हो, पर 2 करोड़ बंदा तुहानू देख रहा लाइव चल रहा मेरा प्रोग्राम जी, सो गल करो जी किसाना दे। लो जी अज मेरे देश दा हालात रोंदा रह गया, तक्का कर दिया सरकार एहो सच कह गया, अज मेरे देश दा हालात माड़ा हो गया, जेड़े बने फिर देसी अपने आप नू फन्ने खान अज वो तक्का करते ने यार किसाना नाल क्यों नहीं खड़दे, वो क्यों तक्का करते ने, झंडा ला के देख ला ड्राइवर किसानी का नाम उच्चा करते ने, और किसानों सल्यूट करते हैं फिर ड्राइवर वाले ड्राइवर असं करते हैं, क्योंकि यार देख ला गड्डी ते कली गड्डी ते किसानों का झंडा लगा, यार अज ड्राइवर देख ला मेरे वीर किसानों ना खड़े आ किसानों नाल खड़े आ किसानों के नाल खड़े, ओके जी थैंक यू जी ओके बाय। सो संजय दा जी तुम इंडस्ट्री कि आए? वेखो जी मेरा बचपन का ही शौक ही गा, मैं भी इंडस्ट्री काम करा, ਵੱਡੀਆਂ ਵੱਡੀਆਂ ਫਿਲਮਾਂ 'ਚ ਕੰਮ ਕਰਾਂ, ਵਿਲਨ ਦੀ ਐਕਟਿੰਗ ਕਰਾਂ। ਦੱਸਣਾ ਚਾਹੁੰਦਾ ਵੀ ਤੁਹਾਡੇ ਕੋਲ ਕਿਹੜੀ ਗੱਡੀ ਹੈ? ਗੱਡੀਆਂ ਉਹ ਕਿਹੜੀਆਂ ਗੱਡੀਆਂ ਦੀ ਗੱਲ ਕਰਦਾ? ਨਹੀਂ ਜਿਹੜੀ ਚੱਲਦੀ ਸੜਕ ਉੱਤੇ, ਨੋਵਾ ਅੰਡੈਵਰ ਕਿਹੜੀ ਗੱਡੀ? ਅੰਡੈਵਰ ਨੋਵਾ ਜਾਂ ਕੋਈ ਹੋਰ ਹੋਵੇ, ਕੋਈ ਵੀ ਗੱਡੀ ਹੋਵੇ, ਕੋਈ ਗੱਡੀ, ਮੇਰੀ ਕੋਈ ਵੀ ਗੱਡੀ ਹੈ ਨਹੀਂ, ਲੋਕਾਂ ਦੀਆਂ ਹੀ ਨੇ। ਫਿਰ ਤੁਹਾਨੂੰ ਕੀ ਫਾਇਦਾ ਦੱਸੋ? ਲਓ ਮੈਨੂੰ ਥੋੜ੍ਹਾ ਫਾਇਦਾ ਵਾ, ਮੈਂ 50 ਲੱਖ ਦੀ ਬੱਸ 'ਤੇ ਚੜ੍ਹ ਕੇ ਜਾਣ ਆਉਣ ਡਿਆ। ਕਿਹੜੀ ਬੱਸ? ਆੜੀ ਰੋਡਵੇਜ਼ ਦੀ ਚੱਲਣ ਡਈ। ਓ ਜਾ ਯਾਰ ਕਿਹੜੀਆਂ ਗੱਲਾਂ ਕਰਤੀਆਂ, ਸ਼ੋਅ ਦੇ ਵਿੱਚ ਕੀ ਗੱਲਾਂ ਕਰੀਏ ਯਾਰ, ਸ਼ੋਅ 'ਚ ਜਿਹੀ ਰਿਐਲਿਟੀ ਦੱਸਣ ਡਏ ਹਾਂ ਵਧੀਆ। ਮੇਰੇ ਕਹਿਣ ਦਾ ਮਤਲਬ ਤੁਹਾਡੇ ਕੋਲ ਕਿਹੜੀ ਗੱਡੀ ਹੈ? ਮੇਰੇ ਕੋਲ ਬਹੁਤ ਗੱਡੀਆਂ ਨੇ ਯਾਰ, ਥੋੜ੍ਹਾ ਝੂਠ ਘੱਟ ਮਾਰੋ। ਨੋ ਝੂਠ ਵਾਲੀ ਕੋਈ ਗੱਲ ਹੀ ਨਹੀਂ ਗੀ ਇਹ 'ਚ। ਕਿੰਨੀਆਂ ਗੱਡੀਆਂ ਗਿਣਤੀ ਕਰਾਓ? ਅੱਜ ਤੱਕ ਤੁਸੀਂ ਇੰਡਸਟਰੀ 'ਚ ਕਿੰਨਾ ਪੈਸਾ ਕਮਾਇਆ, ਕਿੰਨਾ ਲਾਇਆ, ਕਿੰਨਾ ਚੋਰੀ ਕੀਤਾ, ਕਿੰਨਾ ਬਣਾਇਆ, ਕਿੰਨਾ ਕਢਾਇਆ, ਕਿੰਨਾ ਵਢਾਇਆ, ਜੋ ਮੈਨੂੰ ਸਾਰਾ ਦੱਸੋ ਡਿਟੇਲ 'ਚ। ਮੇਰੇ ਹਿਸਾਬ ਨਾਲ ਮੈਂ ਜਿੰਨਾ ਕੁ ਤੁਸੀਂ ਰੁਪਈਆ ਕਮਾ ਲਿਆ ਨਾ, ਉਹ ਤੋਂ ਥੋੜ੍ਹਾ ਜਿਹਾ ਥੱਲੇ ਹੀ ਆ। ਅਸੀਂ ਜਿੰਨਾ ਕਮਾ ਲਿਆ? ਹਾਂਜੀ। ਅਸੀਂ ਤਾਂ ਕਮਾਇਆ ਕੁਛ ਨਹੀਂ ਜੀ। ਅਤੇ ਫਿਰ ਮੈਂ ਵੀ ਨਹੀਂ ਕੋਈ ਕਮਾਇਆ। ਅਤੇ ਤੁਹਾਡੇ ਕੋਲ ਗੱਡੀ ਕਿਹੜੀ ਕਿਹੜੀ ਹੈ? ਗੱਡੀ ਮੇਰੇ ਕੋਲ ਅੰਡੈਵਰ ਆ। ਅੰਡੈਵਰ? ਕਿੰਨਾ ਤੇਲ ਖਾਂਦੀ ਰੋਜ਼ ਦਾ? ਤੇਲ ਖਾਂਦੀ 34 ਲੀਟਰ। 34 ਲੀਟਰ ਤੇਲ? ਕਿੱਥੋਂ ਅਪ ਡਾਊਨ ਕਰਦੇ ਮਹਾਰਾਜ ਤੁਸੀਂ? ਹਾਂਜੀ। ਕਿੱਥੋਂ ਤੋਂ ਲੈ ਕਿੱਥੇ ਤੱਕ ਜਾਂਦੇ ਹੋ? ਜਿੱਥੋਂ ਤੇਲ ਪਵਾਈਦਾ ਮੈਂ, ਜਿੱਥੇ ਖਤਮ ਹੋਏ ਉੱਥੋਂ ਫਿਰ ਪਵਾ ਲਈਦਾ। ਮੰਨ ਲਓ ਉੱਥੇ ਪੈਟਰੋਲ ਪੰਪ ਹੀ ਨਹੀਂ ਹੁਣ, ਤੁਸੀਂ ਕੀ ਕਰੋਗੇ? ਉਹਨੂੰ ਅਸੀਂ ਧੱਕਾ ਲਾ ਕੇ ਲੈ ਜਾਣਾ। ਮੰਨ ਲਓ ਉੱਥੇ ਧੱਕਾ ਵੀ ਲੱਗਦਾ ਤਾਂ ਫਿਰ ਕੀ ਕਰੋਗੇ? ਨਾ ਲੱਗੂ ਧੱਕਾ ਤੇ ਉੱਥੇ ਛੱਡ ਕੇ ਗਾਹ ਜਾਣਾ ਆਪਾਂ, ਤੇ ਫਿਰ ਤਾਂ ਦੁੱਖ ਨਹੀਂ ਆਊਗਾ ਗੱਡੀ ਦਾ। ਦੁੱਖ ਕਾਹਦਾ, ਅੱਗੋਂ ਜਾ ਕੇ ਫਿਰ ਇੱਕ ਗੱਡੀ ਲੈ ਲਾਂਗੇ। ਇੰਨੀਆਂ ਗੱਡੀਆਂ ਆਉਂਦੀਆਂ ਕਿੱਥੋਂ ਤੁਹਾਡੇ ਤੋਂ? ਗੱਡੀਆਂ ਆਪਾਂ ਕਿੱਥੋਂ ਲੈਣੀਆਂ ਦੱਸੋ? ਪੈਸੇ ਆਉਣ ਡਏ ਨੇ, ਤੁਹਾਡੀਆਂ ਫਿਲਮਾਂ ਕਰੀ ਦੀਆਂ ਨੇ, ਤੁਹਾਡਾ ਡਾਇਰੈਕਟਰ ਰਾਏ ਜੁਝਾਰ ਸਾਨੂੰ ਪੈਸੇ ਦੇਣ ਡਿਆ। ਰਾਏ ਜੁਝਾਰ ਕੋ ਤੁਸੀਂ ਪੈਸੇ ਲੈ ਕੇ, ਫੌਜੀ ਭਾਜੀ ਕੋ ਪੈਸੇ ਲੈ ਕੇ? ਨਹੀਂ, ਗੱਡੀਆਂ ਤੁਹਾਡੀਆਂ ਖੁਦ ਦੀਆਂ ਕਿ ਲੋਕਾਂ ਦੀਆਂ? ਉਹ ਭਾਈ ਸਾਹਿਬ ਮੈਂ ਤੁਹਾਨੂੰ ਭੁਲੇਖਾ ਵਾ, ਗੱਡੀ ਮੇਰੀ ਕੋਈ ਨਹੀਂ ਗੀ, ਮੈਂ ਕਿਰਾਏ ਤੇ ਲਿਆ ਕੇ ਆਉਣਾ ਵਾ। ਓਹੋ, ਤੁਸੀਂ 1/2 ਘੰਟਾ ਮੇਰਾ ਸਿਰ ਖਾ ਲਿਆ, ਏਦਾਂ ਕਹੋ ਨਾ ਮੈਂ ਕਿਰਾਏ ਤੇ ਲੈ ਕੇ ਆਉਣਾ। ਮੈਂ ਦੇਖੋ ਮੈਂ ਟੈਕਸੀ ਸਟੈਂਡ ਜਾਂਦਾ ਵਾ, ਉੱਥੋਂ ਮੇਰਾ ਜਿਹੜੀ ਗੱਡੀ ਨੂੰ ਦਿਲ ਕਰੇ, ਜਿਹੜੀ ਗੱਡੀ 'ਤੇ ਮੈਂ ਹੱਥ ਰੱਖਾਂ ਉਹ ਲੈ ਕੇ ਮੈਂ ਆ ਜਾਂਦਾ ਵਾ। ਉਹਨੂੰ ਮੈਂ ਉਹਦੇ ਬੰਦੇ ਪੈਸੇ 2000-3000। ਹੇ ਪਰਮਾਤਮਾ, ਹੇ ਪਰਮਾਤਮਾ, ਤੇ ਉਹ ਮੇਰੀਆਂ ਨਾ ਹੋਈਆਂ ਗੱਡੀਆਂ। ਇਹ ਸੰਜੇ ਦਾ ਵਾਕਈ ਸੰਜੇ ਦਾ ਹੈ, ਇਹ ਅਸਲੀ ਸੰਜੇ ਦਾ ਹੈ, ਉਹ ਤੇ ਹੈ ਹੀ ਹੈ, ਇਹ ਅਸਲੀ ਹੈ।